ਅਸੀਂ ਪਹਿਲਾਂ ਕਿਸੇ ਦੇ ਉੱਤੇ ਵਾਰ ਨਹੀਂ ਕਰਦੇ, ਵਾਰ ਕਰਦੇ ਪੂਰੇ ਤਿੰਨ ਵਾਰ ਇਹਨੇ ਕੀਤੇ। ਜਦੋਂ ਤਿੰਨੇ ਵਾਰ ਖਾਲੀ ਗਏ, ਮੁੜਵਾ ਇੱਕ ਵਾਰ ਭਾਈ ਰਾਏ ਜੋ ਨੇ ਬਰਸ਼ੀ ਦਾ ਐਸਾ ਕੀਤਾ ਇਹਦੀ ਛਾਤੀ ਦੇ ਵਿੱਚ ਜਾ ਕੇ ਵੱਜੀ ਅਤੇ ਇੱਕੇ ਵਾਰ ਦੇ ਨਾਲ ਪਠਾਨ ਦੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਕੇ ਰੱਖ ਦਿੱਤਾ। ਹੁਣ ਰਾਏ ਜੋ ਕਮਰ ਬੇਗ ਨੂੰ ਮੈਦਾਨੇ ਜੰਗ ਵਿੱਚ ਮਾਰ ਕੇ ਧਰਤੀ ਦੀ ਹਿੱਕ ਤੇ ਸੁੱਟ ਕੇ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਹਾਜ਼ਰ ਹੋਇਆ, ਮੇਰੇ ਪਾਤਸ਼ਾਹ ਨੇ ਗੱਲ ਵਕੀਲ ਵਿੱਚ ਲੈ ਕੇ ਆਖਿਆ, ਰਾਏ ਜੋ ਜੀ ਤੁਹਾਡੀ ਲੋਕ ਪ੍ਰਲੋਕ ਦੇ ਜੈਜੇਕਾਰ ਹੋਏਗੀ, ਬੇਅੰਤ ਬਖਸ਼ਿਸ਼ਾਂ ਦੇ ਕੇ ਨਵਾਜਿਆ। ਹੁਣ ਜਦੋਂ ਕਮਰ ਬੇਗ ਮਾਰਿਆ ਗਿਆ ਤੇ ਇਹਦੇ ਪੁੱਤਰ ਸ਼ਮਸ਼ ਬੇਗ ਨੂੰ ਅੱਗ ਲੱਗ ਉੱਠੀ। ਯਾਦ ਰੱਖਣਾ, ਬੜਾ ਮੰਨਿਆ ਪਰਮੰਨਿਆ ਹੋਇਆ ਜਰਨੈਲ ਹੈ ਗਾਜੀ ਸ਼ਮਸ਼ ਬੇਗ, ਤੇ ਤੇਗ ਚਲਾਉਂਦੇ ਹੀ ਇਹਨੂੰ ਬੜੀ ਜਾਂਚ ਹੈ। ਤੇਗ ਦਾ ਬੜਾ ਵੱਡਾ ਧਨੀ ਹੈ ਸ਼ਮਸ਼ ਬੇਗ, ਬੜੇ ਬੜੇ ਕਹਿੰਦੇ ਜੰਗਾਂ ਦੇ ਵਿੱਚ ਇਹਨੂੰ ਲੜਨ ਦਾ ਮੌਕਾ ਮਿਲਿਆ ਸ਼ਮਸ਼ ਬੇਗ ਨੂੰ। ਇਹ ਸ਼ਮਸ਼ ਬੇਗ 7000 ਸੈਨਾ ਲੈ ਕੇ ਮੈਦਾਨੇ ਜੰਗ ਵਿੱਚ ਆਇਆ। ਹਸਨ ਖਾਂ ਮੇਰੇ ਦਰਤਾਰ ਪਾਤਸ਼ਾਹ ਦੇ ਕੋਲ ਖਲੋਤਾ ਹੋਇਆ ਹੈ। ਹਸਨ ਖਾਂ ਹੱਥ ਜੋੜ ਕੇ ਕਹਿੰਦਾ, ਮਹਾਰਾਜ ਉਹ ਜਿਹੜਾ ਜਰਨੈਲ ਮੈਦਾਨੇ ਜੰਗ ਵਿੱਚ ਆ ਗਿਆ, ਮਹਾਰਾਜ ਇਹ ਕਮਰ ਬੇਗ ਜਿਹੜਾ ਮੈਦਾਨੇ ਜੰਗ ਵਿੱਚ ਰਾਏ ਯੋਧ ਕਮਰ ਬੇਗ ਨੂੰ ਮਾਰ ਕੇ ਆਇਆ, ਉਹਦਾ ਪੁੱਤਰ ਸ਼ਮਸ਼ ਬੇਗ ਹੈ। ਮਹਾਰਾਜ ਬਲਵਾਨ ਬੜਾ ਬਹਾਦਰ ਬੜਾ ਤੇਗ ਦਾ ਬੜਾ ਵੱਡਾ ਧਨੀਏ, ਮਹਾਰਾਜ ਮੌਤ ਦੇ ਕੋਲੋਂ ਨਹੀਂ ਡਰਦਾ ਸ਼ਮਸ਼ ਬੇਗ, ਤੇ ਇਹਦੇ ਟਾਕਰੇ ਤੇ ਕਿਸੇ ਮਹਾਨ ਯੋਧੇ ਸੂਰਬੀਰ ਬਹਾਦਰ ਜਰਨੈਲ ਸਿੰਘ ਨੂੰ ਭੇਜਿਓ। ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸੁਣਿਆ ਤੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਹਿਣ ਲੱਗੇ, ਮਹਾਰਾਜ ਹੈ ਤਾਂ ਮੈਂ ਇੱਕ ਪੁਤਲੇ ਦੀ ਤਰ੍ਹਾਂ, ਪਰ ਜੇ ਆਪ ਜੀ ਦੀ ਕਿਰਪਾ ਹੋਵੇ, ਆਪ ਜੀ ਦਾ ਸਿਰ ਤੇ ਮਿਹਰ ਭਰਿਆ ਹੱਥ ਹੋਵੇ, ਮਹਾਰਾਜ ਮੈਂ ਤੇ ਕੀ ਲੜਨਾ, ਕਿਰਪਾ ਤੇ ਤੁਹਾਡੀ ਹੋਣੀ ਹੈ, ਸਿਰ ਤੇ ਮਿਹਰ ਭਰਿਆ ਕਰੋਗੇ ਤਾਂ ਜਰਨੈਲ ਦੇ ਨਾਲ ਮੈਂ ਲੜਨ ਵਾਸਤੇ ਤਿਆਰ ਕਰ ਤਿਆਰ ਹਾਂ। ਕਹਿੰਦੇ ਸਤਿਗੁਰਾਂ ਨੇ ਆਗਿਆ ਦਿੱਤੀ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮੁੱਠੀ ਭਰ ਸਿੰਘਾਂ ਨਾਲ ਲੈ ਕੇ ਭਈ ਗਏ ਮੈਦਾਨੇ ਜੰਗ ਵਿੱਚ, ਆਓ ਤੱਕੋ ਸ਼ਮਸ਼ ਬੇਗ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਵਿਚਾਰੇ ਕੀ ਫੈਸਲਾ ਹੁੰਦਾ ਹੈ, ਕੌਣ ਮਰਦਾ ਹੈ ਕੌਣ ਬਚਦਾ ਹੈ। ਇਹ ਹੁੰਦਾ Thank you.
ਕਹਿਣ ਲੱਗਿਆ ਬਾਬਾ ਕਿਤੇ ਚੰਦ ਸਾਹਿਬ ਤੇ ਸ਼ਮਸ਼ਵੇਗ ਮੈਦਾਨੇ ਜੰਗ ਵਿੱਚ ਜੇ ਲੜ ਰਹੇ ਨੇ, ਕਦੇ ਸ਼ਮਸ਼ਵੇਗ ਵਾਰ ਕਰਦਾ ਤੇ ਕਦੇ ਬਾਬਾ ਜੀ ਵਾਰ ਕਰਦੇ ਨੇ, ਆਖਿਰ ਸਮਾਂ ਐਸਾ ਆਇਆ ਸਾਂਝਾ ਵਾਰ ਹੋਇਆ ਤੇ ਤਲਵਾਰਾਂ ਦੇ ਫੜ ਟੁੱਟ ਕੇ ਧਰਤੀ ਤੇ ਜਾ ਪੈ ਤੇ ਰਹਿ ਗਏ ਹੱਥਾਂ ਵਿੱਚ ਪੁੱਠੇ। ਹੁਣ ਬਾਬਾ ਕਿਤੇ ਚੰਦ ਸਾਹਿਬ ਜੀ ਨੇ ਐਸਾ ਭਰਵਾਨਾ ਵਾਲਾ ਦਾਅ ਮਾਰਿਆ, ਪਟਕਾ ਕੇ ਧਰਤੀ ਦੀ ਹਿੰਗ ਤੇ ਲੰਮਾ ਪਾ ਲਿਆ ਸੀ ਸ਼ਮਸ਼ਵੇਗ ਨੂੰ। ਕਹਿੰਦੇ ਜਿਵੇਂ ਜਰਾ ਸਿੰਧ ਰਾਜੇ ਤੇ ਭੀਮ ਨੇ ਦੋ ਫਾੜ ਕੀਤੇ ਸੀ ਨਾ, ਬਾਬਾ ਕਿਤੇ ਚੰਦ ਸਾਹਿਬ ਜੀ ਨੇ ਇੱਕ ਆਪਣੀ ਲੱਤ ਇਹਦੀ ਲੱਤ ਦੇ ਉੱਪਰ ਆ ਕੇ ਔਰ ਇਹਨਾਂ ਹੱਥਾਂ ਦੇ ਨਾਲ ਇੱਕ ਜੋਸ਼ ਦੇ ਨਾਲ ਇੱਕ ਹੱਲੇ ਦੇ ਨਾਲ ਐਸੀ ਲੱਤ ਤਾਂ ਖਿੱਚੀ ਆਦਤ ਦੇ ਵਿੱਚੋਂ ਪਾੜ ਕੇ ਰੱਖ ਦਿੱਤਾ ਬਾਬਾ ਕਿਤੇ ਚੰਦ ਸਾਹਿਬ ਜੀ ਨੇ, ਦੋ ਫਾੜ ਕਰ ਦਿੱਤੇ ਸ਼ਮਸ਼ਵੇਗ ਦੇ। ਜਦੋਂ ਸ਼ਮਸ਼ਵੇਗ ਦੇ ਦੋ ਫਾੜ ਹੋਏ ਨਾ, ਮਰਿਆ ਵੇਖਿਆ ਆਪਣਾ ਭਰਾ ਕਾਸਮ ਬੇਗ ਨੇ, ਕਾਸਮ ਬੇਗ ਨੂੰ ਅੱਗ ਲੱਗ ਉੱਠੀ। ਕਹਿੰਦਾ ਮੇਰਾ ਭਰਾ ਮਾਰਤਾ, ਮੇਰਾ ਆਪਾ ਜਾਨ ਮਾਰਤਾ, ਕਹਿੰਦਾ ਮੈਂ ਹੁਣ ਇਸ ਸਿੱਖ ਨੂੰ ਛੂਦਾ ਨਹੀਂ ਛੱਡਾਂਗਾ। ਬਾਬਾ ਕਿਤੇ ਚੰਦ ਸਾਹਿਬ ਜੀ ਦੇ ਕੋਲੋਂ ਬਦਲਾ ਲੈਣ ਵਾਸਤੇ ਵੀ ਬਾਬਾ ਕਿਤੇ ਚੰਦ ਸਾਹਿਬ ਜੀ ਦੇ ਵਾਹ ਵਧ ਰਹੇ, ਅੱਗੋਂ ਰਾਹ ਰੋਕ ਲਿਆ ਸਿੱਧੂ ਦੇ ਰਹਿਣ ਵਾਲੇ ਮਹਾਨ ਸੂਰਮੀ ਦੇ ਭਾਈ ਜੇਠਾ ਜੀ ਨੇ। ਭਾਈ ਜੇਠਾ ਜੀ ਕਹਿਣ ਲੱਗ ਵੀ ਤੂੰ ਨੌਜਵਾਨ ਇੱਕ ਜਵਾਨੀ ਦੇ ਵਿੱਚ, ਮੈਂ ਬਜ਼ੁਰਗ ਆ ਪਹਿਲਾਂ ਵਾਰ ਕਰ ਲੈ। ਕਹਿੰਦਾ ਵੀ ਮੇਰਾ ਤੇਰੇ ਨਾਲ ਕੋਈ ਟਾਕਰਾ ਨਹੀਂ, ਹਾਂ ਮੇਰੇ ਨਾਲ ਦਾ ਕੋਈ ਲਿਆ ਜਿਹੜਾ ਮੇਰੇ ਵਾਂਗੂ ਜਵਾਨੀ ਦੇ ਵਿੱਚ ਹੋਵੇ ਉਹਦੇ ਨਾਲ ਲੜਦਾ ਵਾਵਾ ਚੰਗਾ ਲੱਗਣਾ, ਤੂੰ ਤੇ ਬੁੱਢਾ ਜਰਨੈਲ ਬਜ਼ੁਰਗ, ਮੈਂ ਤੇਰੇ ਨਾਲ ਲੜਾਂਗਾ ਤੇ ਜੰਗ ਵੇਖਣ ਵਾਲੇ ਲੋਕੀ ਕੀ ਕਹਿਣਗੇ, ਇੱਕ ਜਵਾਨ ਬੁੱਢੇ ਤੇ ਉੱਪਰ ਵਾਰ ਕਰ ਰਿਹਾ, ਤੂੰ ਮੇਰਾ ਰਸਤਾ ਛੱਡ ਦੇ, ਮੈਂ ਬਿਧੀ ਚੰਦ ਦੇ ਨਾਲ ਦੋ ਦੋ ਹੱਥ ਕਰਨੇ ਨੇ। ਇਹ ਭਾਈ ਬਾਬਾ ਕਾਸਮ ਬੇਗ, ਵਾਹਿਗੁਰੂ ਭਾਈ ਜੇਠਾ ਜੀ ਕਹਿਣ ਲੱਗੇ ਕਾਸਮ ਬੇਗ ਅਹੰਕਾਰ ਦੇ ਪੁਤਲਿਆ, ਬਾਹਰ ਕਰਨ ਵਾਸਤੇ ਚੱਲਿਆ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਉੱਪਰ, ਪਰ ਉਸ ਤੋਂ ਪਹਿਲਾਂ ਤੈਨੂੰ ਮੇਰੇ ਨਾਲ ਦੋ ਦੋ ਹੱਥ ਕਰਨੇ ਪੈਣਗੇ। ਕਹਿੰਦਾ ਨਹੀਂ ਟਲਦਾ ਫਿਰ ਬੁੱਢਿਆ, ਤੂੰ ਵਾਰ ਕਰਨੇ ਸ਼ੁਰੂ ਕਰ ਦਿੱਤੇ ਕਾਸਮ ਬੇਗ ਨੇ। ਜਦੋਂ ਤਿੰਨ ਕੁ ਵਾਰ ਕੀਤੇ ਨਾ ਤੇ ਵਾਰ ਕਰਦਾ ਕਰਦਾ ਜਦੋਂ ਥੱਕ ਗਿਆ, ਵਾਰ ਸਾਰੇ ਖਾਲੀ ਗਏ, ਵਾਰੀ ਆ ਗਈ ਬੁੱਢੇ ਜਰਨੈਲ ਭਾਈ ਜੇਠਾ ਜੀ ਦੀ, ਇੱਕੋ ਐਸਾ ਭਰਵਾਂ ਵਾਰ ਕੀਤਾ ਇੱਕੇ ਵਾਰ ਦੇ ਨਾਲ, ਇਸ ਹੰਕਾਰ ਦੇ ਪੁਤਲੇ ਕਾਸਮ ਬੇਗ ਨੂੰ ਮੌਤ ਦੇ ਘਾਟ ਉਤਾਰ ਕੇ ਰੱਖ ਦਿੱਤਾ। ਕਾਸਮ ਬੇਗ ਨੂੰ ਮੈਦਾਨੇ ਜੰਗ ਵਿੱਚ ਮਾਰ ਕੇ ਸੁੱਟ ਦਿੱਤਾ ਭਾਈ ਜੇਠਾ ਜੀ ਨੇ, ਤੇ ਇਸੇ ਜੰਗ ਦੇ ਵਿੱਚ ਭਾਈ ਜੇਠਾ ਜੀ ਸ਼ਹਾਦਤ ਦਾ ਜਾਮ ਪੀ ਕੇ ਸ਼ਹੀਦ ਹੋ ਗਏ। ਆਪਣੇ ਸਤਨਾਮ ਸ੍ਰੀ ਵਾਹਿਗੁਰੂ, ਭਾਈ ਜੇਠਾ ਜੀ ਸ਼ਹੀਦ ਹੋ ਗਏ ਨੇ। ਕਹਿੰਦੇ ਜਦੋਂ ਭਰਾ ਨੂੰ ਮਰਿਆ ਵੇਖਿਆ ਲਾਲਾ ਬੇਗ ਨੇ ਆਪਣੇ ਭਤੀਜਿਆਂ ਦੀਆਂ ਦੋ ਦਮਾਲਾ ਸਜਾਇਆ ਕਲਗੀ ਚਮਕਾ ਮਾਰੀਏ, ਮੀਰ ਤੇ ਪੀਰੀ ਦੀਆਂ ਕੀਤੀਆਂ ਦੋ ਤਲਵਾਰਾਂ ਦਿਲ ਪੈਰ ਮੇਰੇ ਦਾਦਾ ਜੀ ਮਾਰ ਕੇ ਪਾਕੀ ਹੋਏ ਘੋੜੇ ਤੇ ਸਵਾਰ, ਮੇਰੇ ਦਾਦੇ ਨੇ ਭਰਿਆ ਵਿਰਾਸਤ ਵਿੱਚ ਆ ਕੇ, ਜੋ ਤੋ ਬੇਬ ਖਿਲਨ ਕਾ ਚਾਹੋ ਸਿਰ ਤੋਂ ਤਲੀ ਗਲੀ ਮੇਰੀ ਆਓ, ਇੱਕ ਮਾਰ ਕੇ ਪੈਰ ਧਰੀਜੇ ਸਿਰ ਦੀਜੇ ਕਾਹਨਾ ਕੀਜੇ, ਮੇਰੇ ਦਾਦਾ ਜੀ ਦਿਲ ਪਾਕ ਘੋੜੇ ਦੇ ਉੱਪਰ ਸਵਾਰ ਹੋ ਕੇ ਮੈਦਾਨੇ ਜੰਗ ਵਿੱਚ ਆਏ। ਕਹਿੰਦੇ ਲਲਾ ਬੇਗ ਨੇ ਵੇਖਿਆ ਚਾਹੋ ਚੜ ਗਿਆ, ਕਹਿੰਦਾ ਹੁਣ ਜੰਗ ਜਿੱਤਣੀ ਕੋਈ ਮੇਰੇ ਵਾਸਤੇ ਮੁਸ਼ਕਿਲ ਬਾਤ ਨਹੀਂ, ਕਹਿੰਦਾ ਸਿੱਖਾਂ ਦਾ ਗੁਰੂ ਆਪ ਆ ਗਿਆ ਨੂੰ ਹੱਲੇ ਦੇ ਨਾਲ ਮਾਰ ਕੇ ਤੇ ਮੈਂ ਜੰਗ ਜਿਹੜੀ ਇਹ ਜਿੱਤ ਲੈਣੀ ਹੈ, ਗੁਰੂ ਨੂੰ ਜਿਉਂਦਾ ਜਾਂ ਮੁਰਦਾ ਲਾਹੌਰ ਦਰਬਾਰ ਵਿੱਚ ਜਾ ਪੇਸ਼ ਕਰਾਂਗਾ। ਇਹ ਲਲਾ ਬੇਗ ਹੰਕਾਰ ਦਾ ਪੁੱਤਲਾ ਵੀ ਇਹਨੇ ਰੱਖਿਆ ਘੋੜੇ ਦੀ ਨਿਗਾਹ ਵਿੱਚ ਪੈਰ ਮਾਰ ਕੇ ਬਾਕੀ ਹੋਇਆ ਘੋੜੇ ਦੇ ਸਵਾਰ, ਘੋੜੇ ਦੇ ਸਵਾਰ ਨੂੰ ਚਾਹੋ ਚੜ ਗਿਆ ਹੋਵੇ, ਇਹਦੇ ਖੁਸ਼ੀ ਵਿੱਚ ਪਹੁੰਚ ਜ਼ਮੀਨ ਤੋਂ ਚੁੱਕੇ ਦੁਬਾਰਾ ਜ਼ਮੀਨ ਤੇ ਰੱਖੇ ਤੇ ਖਾਣੀ ਪਾ ਕੇ ਗੱਲ ਤੇ ਕਾਸ਼ ਵੱਲ ਨੂੰ ਚਾੜ ਦਿੱਤੀ ਹੈ।